ਅਪ 2628 ਦਾ ਸਮਾਂ ਜੀ 2628 ਪਹਿਲਾ ਕਾਲਾ ਗਿਆਨੀ ਗੁਰਮੁਖ ਸਿਮਰਨ ਦਾ ਕਹੀ ਨੌਰ ਤੋਂ ਸਾਰੇ ਵੱਲ ਜਿਹੜਾ ਚਾਦਰੇ ਵਾਲੇ ਲੜੇਦਾਰ ਹੁੰਦਾ ਨਾ ਆਇਆ ਹੋਇਆ ਮੇਲੇ 'ਚ ਆਪਣੇ ਬੋਲ ਲੈ ਕੇ ਉਹਨਾਂ ਦਾ ਬੁਰਦਾ ਵੀ ਹੈ ਧੰਨਵਾਦ ਉਹਨਾਂ ਦਾ ਵੀ 23 ਤਰੀਕ ਨੂੰ ਸਾਡੇ ਸਰਦਾਰ ਬਾਬੂ ਸਿੰਘ ਨਗੜੀ ਵਾਲੇ ਪਹੁੰਚੇ ਹੋਏ ਨੇ ਸਰਦਾਰ ਬਿੱਟੂ ਬਾਜਵਾ ਪੜੌਲ ਇਸ ਪੁੱਤਰ ਨੇ ਗੱਡੀਆਂ ਦੇ ਬਾਬਾ ਹੋਰ ਸਰਦਾਰ ਬਲਵੰਤ ਸਿੰਘ ਜੀ ਪੜੌਲ ਦੇ 23 ਨੂੰ ਗੇੜਾ ਰੱਖਿਆ ਇਹਨਾਂ ਨੇ ਵੀ ਪਹਿਲਾਂ ਇਕੱਲੇ ਖੀਰਿਆਂ ਦਾ ਫਿਰ ਦੁੱਗੇ ਭਜਾਓ ਬੜੇ ਬਹੁਤ ਇਕੱਠੇ ਭਜਣਗੇ ਆ ਜੀ ਭਾਈ ਪਿੰਡ ਨਗੜੀਆਂ ਨੇੜੇ ਕਰਾਲੀ ਪੱਚੀ ਦਸ ਦਾ ਸਮਾਂ ਜੀ 25:10 ਇਹ ਸ਼ੁਰੂ 'ਚ ਵੀ ਜਿਹੜੇ ਘਰ ਸਮਾਂ ਲਾਉਣਗੇ ਸਰਦਾਰ ਸਿਮਰਨ ਧਮੋਟ USA ਸਰਦਾਰ ਬਰਿੰਦਰ ਸਿੰਘ ਨਾਗਰਾ USA 500 300 200 ਘਰ ਸਮਾਂ ਲਾਉਣਗੇ ਸਰਦਾਰ ਬਬਲੂ ਕਨੇਡਾ ਅਗਲਹਾ ਸਰਦਾਰ ਰਣਜੀਤ ਸਿੰਘ ਰਾਣਾ ਅਕਲਾਹਾ ਉਹਨਾਂ ਵੱਲੋਂ 1100 ਰੁਪਏ ਇਹ ਸ਼ੁਰੂ 'ਚ ਪਹਿਲੇ ਨੂੰ 1600 ਰੁਪਈਆ ਵੀ ਤਿਆਰੀ ਆ ਜੀ ਆ ਗਈ ਬਾਈ ਹਾਂ ਪਤਾ ਕੀ ਨਹੀਂ ਪੈਸੇ ਖੋਲ ਲਓ ਪਹਿਲਾਈ ਸਗਨਦੀਪ ਕੌਰ ਕਾਈ ਨੌਰ ਹਾਂਜੀ ਕੱਪ 26:24 ਟਾਈਮ ਆ ਗੱਡੀ ਦਾ 26:24 ਪੁਆਇੰਟ ਇਹ ਤੇਜ਼ੀ ਆ ਬਾਬਰਪੁਰ ਤੋਂ ਜਿਹੜੇ ਗੜਵੰਡੀ ਕਰ ਗਿਆ ਤੇਜ਼ੀ ਬਾਬਰਪੁਰ ਫਿਰ ਆਈ ਰਾਜੂ ਸਰਾਲਾ ਟਾਈਮ 26:41 ਉਹਨਾਂ ਦਾ ਰਾਜੂ ਸਰਾਲਾ ਦਾ ਆਖਰੀ ਸ਼ਬਦ ਵਾਲੇ ਵੀਰਾਂ ਨੂੰ ਬਹੁਤ ਜਲਦੀ ਤਿਆਰੀ ਕਰਨਗੇ ਆਖਰੀ ਸ਼ਬਦ ਬਹੁਤ ਜਲਦੀ ਭੇਜਣੇ ਹੈ ਤਿਆਰੀ ਹੈ ਜਿਹੜੇ ਮੋਟਰਸਾਈਕਲ ਜਿੱਤਦੇ ਹੱਦ ਤੱਕ ਦਿਨ ਜੋੜੀਆਂ ਹਰਚੰਦ ਸਿੰਘ ਜੀ ਦੀ ਡਾਰੀ ਕਲਾਂ ਕੇਸਰ ਸਿੰਘ ਜੀ ਕਲਾਹਾ 21:53 ਸਮਾਂ ਲਾਉਣੇ 21:97 ਸਰਪੰਚ ਕੇਸਰ ਸਿੰਘ ਟੱਕਰਵਾਲ ਹਰਸ਼ ਮੁੰਡੀਆਂ ਹੈਪੀ ਮੁੰਡੀਆਂ ਆ ਜੀ ਭਾਈ ਜਸਵਿੰਦਰ ਗੁੰਮਾ ਸੌਂਸਪੁਰ ਭਾਈ 50 ਲਾ ਕੇ ਹਰ ਤੀਜੇ 'ਚ ਖੜੇ ਹੈ ਨਾਲ ਹਰਪ੍ਰੀਤ ਜੰਡਾਲੀ ਡਰਾਈਵਰ ਮਹਿੰਦਰ ਸਿੰਘ ਜਰਗੜੀ ਕੱਪ 23:63 ਪੁਆਇੰਟ ਦਾ ਸਮਾਂ ਜੀ 23:63 ਪਹਿਲਾ ਬੋਰ ਸਰਦਾਰ ਭਿੰਦਰ ਸਿੰਘ ਉਹਨਾਂ ਦਾ ਹੈ ਪਿੰਡ ਰੁੜਕੀ ਨੇੜੇ ਚਮਕੌਰ ਸਾਹਿਬ ਸਾਡੇ ਵੱਲ ਸਰਦਾਰ ਰਾਜ ਉਹਨਾਂ ਦਾ ਗਗਨ ਉਹਨਾਂ ਦਾ ਪਿੰਡ ਬੁਗਰਾ ਅਤੇ ਬੁਗਰੇ ਵਾਲਾ ਜੀ ਗੁਰਬਾਨੀ ਕਰ ਗਿਆ ਮਿੱਠੂ ਉਦੋਂ ਤੋਂ ਧੰਨਵਾਦ 365 ਵਾਲਿਓ ਚਲੋ ਉਹਨਾਂ ਦੀ ਮਜਬੂਰੀ ਹੈ ਵੀਡੀਓ ਰੁਕਦੀ ਹੈ ਲੋਕ ਮੂਹਰਾਂ 'ਤੇ ਨਹੀਂ ਹਟਦੇ ਵੀ ਉਹ ਤਾਂ ਬਾਰ ਬਾਰ ਕਹਿੰਦੇ ਵੀ ਰਿਕਾਰਡਿੰਗ ਨੂੰ ਫਰਕ ਪੈਂਦਾ ਇਹ ਜਿਹੜੇ ਸਾਥੀ ਮੂਹਰਾਂ ਖੜੇ ਇਹ ਹਟ ਜਾਣ ਤਿਆਰੀ ਆ ਬਾਈ ਆ ਗਈ ਬਾਈ ਸੈਕਿੰਡ 53 ਪੁਆਇੰਟ ਜੀ 23:53 ਦਾ ਸਮਾਂ ਜੀ ਇਹਨਾਂ ਬੱਚਿਆਂ ਦਾ ਪੰਡਿਤ ਜੱਬੋ ਮਾਜਰਾ ਕਰਕੇ ਗੜਵਾਨੀ ਆਲੀ ਗੱਡੀ ਤਿਆਰ ਹੈ ਜੀ ਤਿਆਰੀ ਆ ਭਾਈ
ਪਹਿਲਾਂ ਗੁਰਮਨ ਜੋਤ ਪਿੰਡ ਖੁਰਦ 2624 ਆ ਜੀ ਭਾਈ ਫਿਰ ਆਈ ਗੁਰਦਿਆਲ ਸਿੰਘ ਰੁੜਕਾ ਦੁਆਬਾ 2510 ਬਿੱਟੂ ਬੱਸੀਆਂ 2311 ਚੁੱਪ 2775 ਦਾ ਸਮਾਂ ਜੀ 27 ਸੈਕਿੰਡ 75 ਪੁਆਇੰਟ ਇਹ ਬੇਅੰਤ ਸਿੰਘ ਨੇ ਪਿੰਡ ਖੇੜੀ ਨੇੜੇ ਟਟੋਗਲ ਖੇੜੀ ਖਾਲੀ ਕਰਕੇ ਪਾਣੀ ਦੇ ਵਿੱਚ ਰੋੜ ਦੇਣਗੇ ਆਹ ਰੋੜਤੀ ਦੇਖ ਲਓ ਵਿਚਾਰੀ ਕਾਸੇ ਦੀ ਹੋਵੇ ਚਾਹੇ ਦਾਰੂ ਦੀ ਹੋਵੇ ਚਾਹੇ ਕੋਕ ਦੀ ਹੋਵੇ ਖਾਲੀ ਹੋ ਗਈ ਰੋਡ 'ਤੇ ਛੱਡਤਾ ਸਾਥ ਵਿਚਾਰੀ ਦਾ ਜਦ ਤੱਕ ਵਿੱਚ ਤਾਂ ਪਿਆਰੀ ਲੱਗਦੀ ਤੀ ਤਿਆਰੀ ਆਈ ਉਹ ਤੁਸੀਂ ਜਾ ਕੇ ਭਈਆ ਗੋਭੀ ਗੁੱਡੋ ਤਿਆਰੀ ਆ ਭਾਈ ਆ ਭਈਏ ਬਹੁਤ ਖੜੇ ਆ ਵਿੱਚ ਇੱਕ ਖੜਾ ਕਿਤੇ 100 ਰੁਪਈਆ ਖੜਾ ਦੇਖਤਾ ਇੱਧਰ ਕਿੰਨੇ ਖੜੇ ਪਾਰਕਿੰਗ ਨਹੀਂ ਖੜੇ ਇਹ ਤਾਂ ਐਵੇਂ ਦੇਖਣ ਖੜੇ ਆ ਦਿਹਾੜੀ ਪਾਉਣ ਆਪਣੀ ਚਲੋ ਇਹਨਾਂ ਨੂੰ ਵੀ ਸ਼ੌਂਕ ਹੈ ਭਾਈ ਤਾਂ ਹੀ ਦੇਖਦੇ ਹਾਂ ਵੀ ਵਿਚਾਰੇ ਤਿਆਰੀ ਆਈ ਤੇਈ 15 ਦਾ ਸਵਾਲ ਸੀ ਇਹਨਾਂ ਬੱਚਿਆਂ ਦਾ 23 ਸੈਕਿੰਡ 15 ਪੁਆਇੰਟ ਇਹ ਸੁੱਖ ਸਪੁੱਤਰ ਨੇ ਦਲੀਪ ਸਿੰਘਾਂ ਦੇ ਪਿੰਡ ਧਨੇਰ ਜ਼ਿਲ੍ਹਾ ਸੰਗਰੂਰ ਮਹੱਲੇ ਬੇਅੰਤ ਨੇ ਨੀ ਸਸੂਰ ਮਿਆ ਨਵਾਂ ਖੂਨ ਨਵਾਂ ਜੋਸ਼ ਅੱਜ ਤੋਂ 35 ਸਾਲ ਪਹਿਲਾਂ ਜਦੋਂ ਮੈਂ ਖੇਡ ਨਾਲ ਜੁੜਿਆ ਮੈਂ ਵੀ ਜਵਾਨ ਤਾਂ ਮਿੱਤਰੋ ਗਈ ਜਵਾਨੀ ਆਇਆ ਵਡੇਪਾ ਜਵਾਨੀ ਗਈ ਕਹਿੰਦਾ ਵਡੇਪਾ ਆ ਗਿਆ ਆ ਗਈ ਬਾਈ ਪਹਿਲਾਂ ਹੀ ਗਗਨ ਬੁਗਰਾ 23-63 ਅਮਰੀਕ ਸਿੰਘ ਜੈਸੇ ਬਚਨ ਸਿੰਘ ਧਾਂਦਰਾ 23-53 ਮਾਨਾ 27-75 ਜੀ ਇਕੱਤੀ 37 ਦਾ ਸਮਾਂ ਜੀ 31 ਸੈਕਿੰਡ 37 ਪੁਆਇੰਟ ਇਹਨਾਂ ਬੋਲਦਾਂ ਦਾ ਸਮਾਂ 31-37 ਧੰਨਵਾਦੀਆਂ ਸੀ ਸਰਦਾਰ ਪਿੰਦਰ ਸਿੰਘ ਜੀ ਦੇ ਬੱਗਾ ਖਾਨ ਜੀ ਸਰਦਾਰ ਤਲਵਿੰਦਰ ਸਿੰਘ ਬਾਬਾ ਔਰ ਸਾਡਾ ਕਾਲਾ ਵੀਰ ਜਿਨ੍ਹਾਂ ਦਾ ਵੱਡਾ ਸਹਿਯੋਗ ਹੈ ਇਸ ਖੇਡ ਦੇ ਲਈ ਧੰਨਵਾਦੀਆਂ ਸੀ ਪਿੰਦਰ ਵੀਰ ਉਹਨਾਂ ਦੇ ਤਲਵਿੰਦਰ ਸਿੰਘ ਬਾਬਾ ਬੱਗਾ ਖਾਂ ਅਤੇ ਸਾਡਾ ਕਾਲਾ ਵੀਰ ਧੰਨਵਾਦੀਆਂ ਸੀ ਇਹਨਾਂ ਵੀਰਾਂ ਦੇ ਜਿਨ੍ਹਾਂ ਦਾ ਵੱਡਾ ਸਹਿਯੋਗ ਹੈ ਇਸ ਖੇਡ ਮੇਲੇ ਦੇ ਲਈ ਜੀ ਆਇਆਂ ਵੈਲਕਮ ਜੀ ਸਰਦਾਰ ਬਰੀਕ ਸਿੰਘ ਮੇਕਾ ਇਹ ਵੀ ਬਾਹਰ ਰਹਿੰਦੇ ਨੇ ਮਿੱਤਰੋਂ ਬਲ ਗਿਆ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਅਮਰੀਕ ਸਿੰਘ ਬਲ ਗਿਆ ਸਰਦਾਰ ਬਹਾਦਰ ਸਿੰਘ ਕਜੜੇ ਉਹ ਵੀ ਬਾਹਰ ਰਹਿੰਦੇ ਨੇ ਮਿੱਤਰੋਂ ਬਹੁਤ ਇੱਧਰ ਭੱਜਦੇ ਉਹਨਾਂ ਦੇ ਵੀ
ਸਰਦਾਰ ਬਹਾਦਰ ਸਿੰਘ ਪਿੰਡ ਕਜੜੇ ਆ ਗਿਆ ਚਲੋ ਮੂਹਰਾ ਖਾਲੀ ਕਰ ਦਿਓ ਭਾਈ ਰਸਤਾ ਲੰਘ ਜਾਣ ਦਿਓ ਉਰੇ ਦਰਸ਼ਕ ਵੀਰੋ ਬਾਹਰ ਹੋ ਜਾਓ ਰਾਹ ਤੇ ਤਿਆਰੀ ਆ ਜੀ ਤਿਆਰੀ ਆ ਭਾਈ ਨਾ ਗਿਰੋ ਡੱਕੇ ਵਿੱਚ ਨਾ ਗਿਰੋ ਭਾਈ ਆ ਗਈ ਭਾਈ ਐਵੇਂ ਸਤਾਈ ਚੌਵੀ ਸਤਾਈ ਸੈਕਿੰਡ ਚੌਵੀ ਪੁਆਇੰਟ ਦਾ ਸਮਾਂ ਇਹਨਾਂ ਦਾ ਸਤਾਈ ਚੌਵੀ ਜੋੜੀ ਜਾਓ ਮੇਰਾ ਵੀਰ ਐਲ ਸ਼ਰਟ ਭੇਜੀ ਹੁਣ ਤਿਆਰੀ ਆ ਭਾਈ ਲੈ ਪੰਜਵੀਂ ਸ਼ਿਫਟ ਜਿਹੜਾ ਸਭ ਤੋਂ ਅਖੀਰਲਾ ਨੰਬਰ ਕਰੂਗਾ ਸਰਦਾਰ ਪਿੰਦਰ ਸਿੰਘ ਨੂੰ 500 ਰੁਪਏ ਦੇਣਗੇ ਚੌਵੀ ਤੇਰਾਂ ਜੀ ਚੌਵੀ ਸੈਕਿੰਡ ਤੇਰਾਂ ਪੁਆਇੰਟ ਬਾਈ 23-15 ਵਾਲੀ ਪਰਚੀ ਨਹੀਂ ਆਈ ਯਾਰ ਸੁੱਖ ਲਿਆ ਭਜਾ ਕੇ ਪਰਚੀ ਦੇ ਕੇ ਜਾਓ ਆਪਣੀ ਹੁਣ ਨਹੀਂ ਨਾਮ ਨਹੀਂ ਮਿਲਣਾ ਫਿਰ ਬਾਅਦ ਜਿਹੜਾ ਕਿਹਾ ਸਾਨੂੰ ਨਾਮ ਨਹੀਂ ਮਿਲਿਆ 23-15 ਵਾਲੀ ਪਰਚੀ ਆਹ ਫੜਾਓ ਹੁਣ ਰੈਲੀ ਚ ਤਿੰਨ ਵਧੀਆ ਜੀ ਸਰਦਾਰ ਤਿੰਨਾ ਸਿੰਘ ਜਲਵਾੜਾ ਉਹਨਾਂ ਵੱਲੋਂ ਵੀ 100 ਰੁਪਇਆ ਮੈਨੂੰ ਸਪੈਸ਼ਲ ਨਾਮ ਹੈ ਜੀ ਤਹਿ ਦਿਲੋਂ ਧੰਨਵਾਦ ਕਰਦਾ ਸਰਦਾਰ ਤਿੰਨਾ ਸਿੰਘ ਜੀ ਜਲਵਾੜਾ ਰਹੇ ਨੀ ਹੈਲੋ ਵੈਸੇ ਸਾਡੇ ਚ ਰਹੇ ਨੀ ਸਰਦਾਰ ਤਿੰਨਾ ਸਿੰਘ ਰਹੇ ਪਰਚੀ ਪਜਾ ਦਿਓ ਬਈ ਜਲਵਾਣੇ ਵਾਲਿਓ ਚਕੋਹੀ ਤੋਂ ਮੰਗੀ ਹੋਣੀ ਪੁੱਜੇ ਨੇ ਕਬੱਡੀ ਖਿਡਾਰੀ ਜੀਆਂ ਵੈਲਕਮ ਔਰ ਨਾਲ ਹੀ ਦੀਪੀ ਵੀਰ ਦੱਸਦਾ ਕਿ ਜੀਰੀਆਂ ਵੱਢਣ ਤੋਂ ਬਾਅਦ ਨਵੰਬਰ ਮਹੀਨੇ ਦੇ ਵਿੱਚ ਕੁੱਤਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣੇ ਨੇ ਇਕਲਾਹੇ ਦੀ ਧਰਤੀ ਤੇ ਪਹਿਲਾ ਇਨਾਮ ਮੋਟਰਸਾਈਕਲ ਹੋਵੇਗਾ ਔਰ 50,000 ਦੇ ਨਗਦ ਇਨਾਮ ਹੋਣਗੇ ਜੀ ਕਰੋ ਭਾਈ ਠੰਡੀ ਦੀ ਸ਼ੇਰ ਕਿਉਂ ਭਜਾਈ ਜਾਂਦੀ ਹੋ ਤਿਆਰੀ ਆ ਭਾਈ ਤਿਆਰੀ ਆ ਜੀ Thank you.
ਆ ਵਰਗੀ ਪਾਈ ਧੰਨਾ ਸਿੰਘ ਜਲਵਾਣਾ ਧੰਨਾ ਸਿੰਘ ਜਲਵਾਣਾ 23-15 ਕੱਚੀ ਪਾ ਲਓ ਹਾਂਜੀ ਤਿਆਰੀ ਆ ਜੀ ਟਾਈਮ ਕਿੰਨਾ ਲੱਗਿਆ ਉਹਨਾਂ ਦਾ ਆ ਜੀ ਭਾਈ ਚੌਵੀ ਸੱਠ ਵਾਲਿਓ ਪਰਚੀ ਦੇ ਦਿਓ ਨਾਮ ਨਹੀਂ ਮਿਲਣਾ ਨਹੀਂ ਸਤਾਈ 81 ਦਾ ਸਮਾਂ ਜੀ ਪਰਗਟ ਸਿੰਘ ਸਪੁੱਤਰ ਸਰਦਾਰ ਜਰਨੈਲ ਸਿੰਘ ਭਤੀਜੇ ਸਰਦਾਰ ਨੇਕ ਸਿੰਘ ਸਰਪੰਚ ਪਿੰਡ ਬਗਲੀ ਗਲਾ 23-15 ਪਰਚੀ ਵਿੱਚ ਫਸਾ ਲਓ ਜੀ ਕੱਚੀ ਕੋਈ ਨਹੀਂ ਤਿਆਰੀ ਹੈ ਜੀ ਪੰਜਵੀਂ ਤੇ ਆਖਰੀ ਸ਼ਿਫਟ ਵਾਲੇ ਵੀਰਾਂ ਨੂੰ ਬੇਨਤੀ ਆਪਣੀ ਤਿਆਰੀ ਕਰੋ ਜੀ ਪੰਜਵੀਂ ਤੇ ਆਖਰੀ ਆ ਗਈ ਭਾਈ ਠਾਸੀ ਦਾ ਸਮਾਂ ਜੀ ਹੈਲੋ 23-88 ਹੈਲੋ ਹੈਲੋ ਗੱਡੀ ਜਾ ਰਹੇ ਜੀ ਹੈਲੋ ਹੈਲੋ ਉੱਪਰ ਚੜਿਆ ਕੋਈ ਹੈ ਤਾਰਾ ਇਹਨੂੰ ਪਹਿਲਾਂ ਹੀ ਸੋਨੀ ਭੁਮੱਦੀ 27-81 ਨਾਮਾਰ 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 ਪਿਆਰ ਨਾਲ ਅਠੱਤੀ ਕਿਆਸੀ ਕਿਆਸੀ ਤਿਆਰੀ ਆ ਜੀ
ਤਿਆਰੀ ਹੈ ਜੀ। ਆ ਗਈ ਬਾਈ ਸਾਹਮੋ ਕੀ ਗਏ ਬਾਈ, ਦੇਖੋ ਕੀ ਦੇ ਬੱਚੇ ਸਾਹਮੋ ਸਾਹਮੋ ਕੀ ਗਏ। ਅਗਲੀ ਛੋਟ ਤਿਆਰ ਹੈ ਜੀ, ਫਿਰ ਵੀਰੇ ਉਹੀ ਲਾਈਨ ਤੇ ਆ ਗਏ, ਪਿੱਛੇ ਹੋ ਜਾਓ ਵੀਰੇ। ਧੰਨਵਾਦ ਦੀਆਂ ਅਸੀਂ ਸੁੱਖੀ ਮਾਸਟਰ ਜੀ ਦੇ, ਜਿਹਨਾਂ ਦਾ ਵੱਡਾ ਸਹਿਯੋਗ ਹੈ ਇਸ ਖੇਡ ਮੇਲੇ ਦੇ ਲਈ। ਸੁੱਖੀ ਮਾਸਟਰ ਜੀ ਪਹੁੰਚੇ ਹੋਏ ਨੇ, ਧੰਨਵਾਦ ਕਰਦੇ ਹਾਂ ਇਹਨਾਂ ਦਾ। ਔਰ ਨਾਲ ਹੀ ਰਮਦਾਸ ਭਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਮਾਨਕੋਣੀ ਅਤੇ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦੇ ਹਾਂ ਜੋ ਸਵੇਰ ਤੋਂ ਲੰਗਰ ਦੀ ਸੇਵਾ ਕਰਦੇ ਨੇ। ਰਮਦਾਸ ਭਗਤ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਹਾਂਜੀ, ਲੰਘੋ ਜੀ, ਆਖਰੀ ਸ਼ਿਫਟ ਹੈ ਜੀ ਪੰਜਵੀਂ, ਆਪਣਾ ਜੋੜਿਆਂ ਲੈ ਕੇ ਲੰਘੋ ਜੀ। ਸਾਰੇ ਵੀਰਾਂ ਨੂੰ ਬੇਨਤੀ ਹੈ ਆਪਣੀਆਂ ਜੋੜਿਆਂ ਲੈ ਕੇ ਲੰਘ ਜਾਓ। ਹਾਂਜੀ ਚਲੋ ਜੀ ਭਾਈ। ਹਾਂਜੀ ਦਰਸ਼ਕੋ, ਜੇ ਸਵਾਦ ਆਇਆ ਹੋਵੇ ਖੇਡ ਦਾ ਇੱਕ ਵਾਰ ਤਾੜੀ ਮਾਰ ਕੇ ਦੱਸ ਦਿਓ ਜੀ। ਵਾਹ ਜੀ ਵਾਹ, ਗਾਹਾਂ ਨੂੰ ਏਦਾਂ ਵੀ ਵੱਡੀ ਖੇਡ ਕਰਾਵਾਂਗੇ। ਪਹਿਲਾ ਨਾਮ ਬੁਲਟ ਮੋਟਰਸਾਈਕਲ ਹੋਵੇਗਾ ਜੇ ਤੁਹਾਡਾ ਸਹਿਯੋਗ ਰਿਹਾ ਇਸੇ ਤਰ੍ਹਾਂ, ਔਰ NRI ਭਰਾਵਾਂ ਦਾ ਸਹਿਯੋਗ ਰਿਹਾ। ਸਾਡੇ ਦਰਮਿਆਨ ਪੁੱਜੇ ਨੇ ਸਰਪੰਚ ਕੇਸਰ ਸਿੰਘ ਟੱਕਰਵਾਲ, ਹਰਸ਼ ਮੁੰਡੀਆਂ, ਜਲਜੀਤ ਸਿੰਘ ਭਮਾਕਲਾ, ਗੁਰਪ੍ਰੀਤ ਸਿੰਘ ਮਗਲੋਨਾ, ਇਹ ਤਿੰਨੇ ਸ਼ਿਫਟ ਦੇ ਜਿਹਨਾਂ 'ਚ ਨਾਮ ਲਾਇਆ ਤੇ ਇਹਨਾਂ ਦੇ ਵਿੱਚ ਰਣਜੀਤ ਸਿੰਘ ਰਾਣਾ, ਬਬਲੂ ਕਨੇਡਾ, ਜਸ਼ਨ ਸਿਮਰਨ ਤਮੋਡ USA, ਵਰਿੰਦਰ ਸਿੰਘ ਨਾਗਰਾ USA, ਇਹਨਾਂ ਵੀਰਾਂ ਨੂੰ ਬੇਨਤੀ ਆਪਣੇ ਇਹ ਸ਼ਿਫਟ ਦੇ ਨਾਮ ਲੈ ਜਾਣ ਜੀ। ਹੈਪੀ ਪੰਜਰੁੱਖਾ ਜੀ ਪਹੁੰਚੇ ਨੇ, ਧੰਨਵਾਦ ਦੀਆਂ ਅਸੀਂ ਉਹਨਾਂ ਦੇ, ਵੱਡਾ ਸਹਿਯੋਗ ਹੈ ਇਸ ਖੇਡ ਮੇਲੇ ਦੇ ਲਈ। ਹੈਪੀ ਪੰਜਰੁੱਖਾ ਜੀ, ਮਾਣੇ ਤੁਸੀਂ ਵੀ 300 ਰੁਪਇਆ ਲੈ ਜਾਓ ਆਪਣਾ, ਇਹ ਧਮੋਟ ਵਾਲੇ ਵੱਲੋਂ ਹੈ, ਸਿਮਰਨ ਧਮੋਟ, ਬੇਨਤੀ ਆਪਣਾ ਨਾਮ ਲੈ ਜਾਣ। ਜਾਂ ਨਕ ਹੁਣ ਜੰਡਪੁਰੀਏ ਰੈਪੁਰੀਏ ਜਾਂ ਭਮਾਲੇ ਹੁਣ ਆਪਣਾ ਲੈ ਜਾਣ 300। ਲਓ ਜੀ ਫਿਰ ਜਾਂਦਾ ਹੈ ਰਣਜੀਤ ਸਿੰਘ ਰਾਣਾ, ਮੀਤਾ ਬਿਣ ਗਿਆ ਜੰਗ ਸਿੰਘ ਬਲਾਲਾ, ਇਹ ਰਾਣਾ ਸਰਦਾਰ ਦਰਸ਼ਨ ਸਿੰਘ ਖਾਬੜਾ ਦੇ ਭਾਣਜੇ ਨੇ, ਕੋਚ ਜੰਗ ਸਿੰਘ ਬਲਾਲਾ। ਮਿੱਤਰੋ ਕੋਚ ਮਾਣ ਨਾਲ ਕਹਿਣਾ ਪੈਂਦਾ ਹੈ, ਜਿਹੜੇ ਬੋਰਡ 'ਤੇ ਹੱਥ ਫੇਰਤਾ ਉਹ ਵੀ ਇਹੋ ਜਿਹੀ ਕੋਚਿੰਗ ਕਰਦਾ ਹੈ, ਖੇਡੇ ਬੜੇ ਦਿਨ ਦਾ ਖੇਡੇ। ਤੋ ਧੰਨਵਾਦ ਜੰਗ ਸਿੰਘ, ਇਹ ਰੱਬ ਨੇ ਤੈਨੂੰ ਕਲਾ ਬਖਸ਼ੀ ਹੈ, ਵਾਹੋ ਮਗੜਾਉਣੇ ਵਾਲਿਓ, ਧੰਨਵਾਦ ਜੀ। ਧੰਨਵਾਦ ਜੀ। ਅਸੀਂ ਜਨਾਬ ਸਾਹਿਬਦੀਨ ਜੀ ਅਤੇ ਸਾਨੀ ਪੰਚ ਸਾਹਿਬ ਸਾਡੀ ਖੇਡ ਦੇ ਨਾਲ ਬਣੇ ਹੋਏ ਨੇ, ਵੱਡਾ ਸਹਿਯੋਗ ਹੈ ਇਹਨਾਂ ਦਾ।
जनाब साहब दीन जी जिन्हों का बड़ा सहयोग है इस खेड मेले के लिए, धन्यवादी असी उन्होंने जो साड़ी खेड के नाल बने हुए ने। परची लियाओ जी रही है परची भी लियाओ। यह शब्द आखिरी है, तीह गड्डिया रहनिया भजन तो तीह, यह शब्द तीह गड्डिया जाएगी। मर्द वाले वीर बेनती नोट कर लेन, जे कोई जाने साढ़े कहीं खड़ी रहेगी नहीं भजूगी। पांच शब्द थोड़े साझिया करिए, यह पांचवें शब्द गई है, यह भज गई खेड बंद होगी। सो इस करके बेनती करना कोई जोड़ी साढ़े कहीं ना खड़ी रहे, बेनती है मेरी। धन्यवादी असी सरदार मनदीप सिंह जी सहोता यूएसए, सरदार अजीत सिंह जी और सरदार अमरिंदर सिंह जी उन्होंने भतीजे जोवन जी, भगवान सिंह जी जिन्हों का बड़ा सहयोग है इस खेड मेले के लिए, धन्यवादी असी उन्होंने जी। बीरा चौकीदार सवेर तो सेवा कर रहा, धन्यवादी असी बीरा चौकीदार जी दे जो सवेर तो साढ़े नाल इतने 6 बजे तो लैके हुण तक बरकरार ने सेवा कर रहे हैं, धन्यवादी हैं जी असीं उन्हां दे। और साढ़े माणयोग वड्डे वीर तलविंदर बाबा जी कहिंदे नितनेम वर्गा ना कोई समा जगते, ताइयों तां इकलाहे पिंड सिंघ सज गए, छिक छुक दा ना ऐवें बहिम बचारीए, गुरु घर जाके कदे भोंडियां ना मारीए, दसा नौहां दी किरत चक दिंदी है गरीबियां, सट्टा नहीं लाईदा पैसा ते मखौल मित्रो बहुता नहीं अड़ाईदा, पैसा ते मखौल सावना अड़ाईदा। और आए हुए सारे ही सज्जन मित्रां दा असीं तहे दिलों शुक्रगुजार हैं, धन्नवादी हैं, वेलकम आखदे हैं जिन्हां ने इस खेड मेले की रौनक नूं वधाया, अपने कीमती समय चों समां कढ़िया है, धन्यवादी असी सारे ही रब वर्गे दर्शकों का जी। और साढ़े वड्डे वीर भिंदर जी पांचवी शिफ्ट तो कहते जी लास्ट के गड्डी आएगी 500 रुपए का मान सम्मान होगा, कहते जितन जितन हर कोई खेडे, तू हारन खेड फकीरा, जितन का मुल कौडी पैंदा है, हारन का मुल हीरा। हारन वाले वीर घबराया ना करो, तकड़े होके गाहां वध बच्छा की मेहनत खुराक बधा दो कि गाहां थोड़ा पहला नंबर हो। और लास्ट च आने वाली गड्डी 500 रुपए का मान सम्मान हो गया भिंदर वीर वालों जी। एक तो फिर वार सारे वीरां दा धन्नवाद करते हैं, त्रिलोचन सिंह डीसी, तोची वीरोनी, सरदार रणजीत सिंह आड़तीया, गुरमीत सिंह आड़तीया और
डीसी वीरोनी जिन्हों का वड्डा सहयोग है इस खेड मेले के लिए, धन्यवादी हाँ असीं उन्हां वीरां दे जिन्हां ने इस खेड मेले दे विच योगदान पाया, धन्यवादी हाँ असीं उन्हां वीरां दे जी। किधर है पानी पिला पहला एक मिनट जी, बहुत चिर बाद मिले, किन्ने स्नेह दते भी कितना सरपंच साहब साढ़े ਧੰਨਵਾਦੀ ਆ ਸਰਪੰਚ ਸਰਦਾਰ ਨਿਰਮਲ ਸਿੰਘ ਜੀ ਬਰਵਾਲਾ ਭਾਈ, ਬਹੁਤ ਸਮੇਂ ਤੋਂ ਲੇਟ ਦੇ